ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਕਾਰਜਕਾਰੀ ਚੇਅਰਮੈਨ ਜਸਟਿਸ ਅਜੇ ਤਿਵਾੜੀ ਨੇ ਅੱਜ ਪਟਿਆਲਾ ਵਿਖੇ ਨੈਸ਼ਨਲ ਲੋਕ ਅਦਾਲਤ ਦਾ ਜਾਇਜ਼ਾ ਲਿਆ। ਉਹਨਾਂ ਇਸ ਮੌਕੇ ਦੱਸਿਆ ਕਿ ਕੋਵਿਡ ਨੇ ਅਦਾਲਤੀ ਕੰਮ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਇਸ ਦੇ ਪ੍ਰਭਾਵ ਤੋਂ ਬਾਹਰ ਆਉਣ ਤੋਂ ਬਾਅਦ ਹੀ ਲਗਾਤਾਰਤਾ ਨਾਲ ਲੰਮੇ ਪਏ ਪੈਂਡਿੰਗ ਕੇਸਾਂ ਦੇ ਨਿਪਟਾਰੇ ਲਈ ਕੰਮ ਕਰਨਾ ਪਏਗਾ। ਉਹਨਾਂ ਕਿਹਾ ਕਿ ਚੈੱਕ ਬਾਊਂਸ, ਐਕਸੀਡੈਂਟਲੀ ਅਤੇ ਹੋਰ ਛੋਟੇ ਮੋਟੇ ਮਾਮਲਿਆਂ ਦੇ ਵਿੱਚ ਲੋਕ ਅਦਾਲਤਾਂ ਲਾਭਦਾਇਕ ਸਿੱਧ ਹੋਣਗੀਆਂ, ਜਿਨ੍ਹਾਂ ਨਾਲ ਰਾਜ਼ੀਨਾਮਾ ਹੋਣ ਅਤੇ ਯੋਗ ਮਾਮਲਿਆਂ ਦਾ ਨਿਪਟਾਰਾ ਕਰਨ ਦੇ ਵਿੱਚ ਸਫਲਤਾ ਮਿਲੇਗੀ। ਇਸ ਤੋਂ ਇਲਾਵਾ ਉਹਨਾਂ ਨੈਸ਼ਨਲ ਲੋਕ ਅਦਾਲਤ ਨੂੰ ਲੈ ਕੇ ਆਪਣੇ ਕੁਝ ਵਿਚਾਰ ਸਾਂਝੇ ਕੀਤੇ ਸਨ। ਦੇਖੋ ਜੀ, ਕਈ ਤਰ੍ਹਾਂ ਦੇ ਕੇਸਿਸ ਲੋਕ ਅਦਾਲਤ ਵਿੱਚ ਲੱਗਦੇ ਆ। ਇਹਨਾਂ 'ਚੋਂ ਚੈੱਕ ਬਾਊਂਸ ਦੇ ਕੇਸ ਸਭ ਤੋਂ ਜ਼ਿਆਦਾ ਹੁੰਦੇ ਆ। ਐਕਸੀਡੈਂਟ ਕਲੇਮ ਜਿੱਥੇ ਕਿਸੇ ਨੂੰ ਸੱਟ ਵੱਜੀ ਹੋਵੇ ਜਾਂ ਅਨਫੋਰਚੁਨੇਟਲੀ ਕੋਈ ਫੌਤੀਦਗੀ ਹੋ ਗਈ ਹੋਵੇ ਜਾਂ ਸਮਾਲਰ ਓਫੈਂਸਿਸ, ਇਹੋ ਜਿਹੇ ਕੇਸ ਜ਼ਿਆਦਾ ਲੱਗਦੇ ਆ ਜੀ, ਜਿਹੜੇ ਕਿ ਸੈਟਲ ਹੋ ਸਕਦੇ ਹਨ। ਇਹ ਕੋਵਿਡ ਨੇ ਹਜੇ ਤੱਕ ਵੀ ਸਾਡਾ ਖਹਿੜਾ ਛੱਡਿਆ ਨਹੀਂ ਹੈ ਜੀ। ਬੜੇ ਸਾਰੇ ਸਾਇੰਟਿਸਟ ਔਰ ਸਭ ਸਰਕਾਰੀ ਅਦਾਰੇ ਕਹਿ ਰਹੇ ਕਿ ਜੀ ਤੀਸਰੀ ਵੇਵ ਦੇ ਵੀ ਪੂਰੇ ਚਾਂਸ ਹੈਗੇ ਹੈ। ਇਹ ਹੁਣ ਇਹ ਠੀਕ ਹੈ ਕਿ ਇਸ ਦੌਰਾਨ ਕੰਮ ਦੀ ਬਹੁਤ ਨੁਕਸਾਨ ਹੋਇਆ, ਲੋਕਾਂ ਦੇ ਕੇਸ ਪੈਂਡਿੰਗ ਰਹਿ ਗਏ। ਪੂਰਾ ਸਾਲ ਹੀ ਮੇਰਾ ਖਿਆਲ ਹੈ ਇੱਕ ਸਾਲ ਤੋਂ ਵੱਧ ਹੀ ਹੋ ਗਿਆ ਜੀ ਕਿ ਜਿੱਥੇ ਸਾਰਾ ਸਿਸਟਮ ਸਾਡਾ ਪੈਰਲਾਈਜ਼ ਹੋਇਆ ਹੋਇਆ, ਪਰ ਉਹ ਸਿਸਟਮ ਕੋਰਟ ਹੀ ਦਾ ਹੀ ਨਹੀਂ, ਸਭ ਪਾਸੇ ਹੀ ਸਿਸਟਮ ਦੇ ਵਿੱਚ ਠਹਿਰਾਵ ਆਇਆ ਹੋਇਆ ਜੀ। ਤਾਂ ਇਹ ਜਦੋਂ ਵੀ ਖੁੱਲ੍ਹੇਗਾ ਤਾਂ ਸਾਨੂੰ ਸਾਰਿਆਂ ਨੂੰ ਆਪਣੀ ਕਮਰ ਕੱਸ ਕੇ ਕੰਮ ਕਰਨਾ ਪੈਣਾ ਤਾਂ ਕਿ ਲੋਕਾਂ ਨੂੰ ਅਸੀਂ ਆਪਣੇ ਨਿਆਂ ਦਵਾ ਸਕੀਏ ਜਲਦੀ ਤੋਂ ਜਲਦੀ। ਹੁਣੀ ਅਸੀਂ ਗੱਲ ਕਰਦੇ ਸੀ ਜੀ, ਸਾਡੇ ਕ੍ਰਿਮੀਨਲ ਲਾਅ ਵਿੱਚ ਨਵਾਂ ਸਿਸਟਮ, ਨਵਾਂ ਸੈਕਸ਼ਨ ਸ਼ੁਰੂ ਕੀਤਾ, ਪਲੀ ਬਾਰਗੇਨਿੰਗ ਜਿਹਨੂੰ ਕਹਿੰਦੇ ਆ, ਜਿਹਦੇ ਵਿੱਚ ਜੇ ਮੈਂ ਅਕਿਊਜ਼ਡ ਹਾਂ ਤਾਂ ਮੈਂ ਟ੍ਰਾਇਲ ਦੀ ਕਿਸੇ ਵੀ ਸਟੇਜ 'ਤੇ ਕੋਰਟ ਨੂੰ ਕਹਿ ਸਕਦਾ ਕਿ ਜਨਾਬ ਮੈਂ ਆਪਣਾ ਇਲਜ਼ਾਮ ਕਬੂਲ ਕਰਦਾ, ਪਰ ਉਸ ਓਫੈਂਸ ਦਾ ਨਹੀਂ, ਥੋੜ੍ਹਾ ਘੱਟ, ਔਰ ਕਿਉਂਕਿ ਮੈਂ ਕਬੂਲਨਾਮਾ ਦੇ ਰਿਹਾ ਤਾਂ ਮੈਨੂੰ ਸਜ਼ਾ ਵੀ ਘੱਟ ਹੋਦੀ ਹੈ। ਤਾਂ ਉਹੀ ਅਸੀਂ ਹੁਣੇ ਡਿਸਕਸ ਕਰ ਰਹੇ ਸੀ ਵੀ ਉਸ ਸਿਸਟਮ ਨੂੰ ਅਸੀਂ ਕਿਸ ਤਰ੍ਹਾਂ ਲਾਗੂ ਕਰੀਏ, ਜਿੱਥੇ ਕਿ ਛੋਟੇ ਮੋਟੇ ਓਫੈਂਸਿਸ ਦੇ ਵਿੱਚ, ਉਹ ਵੈਸੇ ਸਿਰਫ ਫੌਜਦਾਰੀ ਦੇ ਕੇਸਾਂ ਵਿੱਚ ਚੱਲਦਾ ਜੀ, ਜਿਹਨਾਂ ਵਿੱਚ ਸਜ਼ਾ 7 ਸਾਲ ਤੋਂ ਘੱਟ ਹੋਵੇ। ਤਾਂ ਉਹਦੇ ਵਿੱਚ ਅਸੀਂ ਹੁਣੀ ਗੱਲ ਕਰਕੇ ਹਟੇ ਵੀ ਉਹਨੂੰ ਕਿਸੇ ਤਰ੍ਹਾਂ ਉਸ ਸਿਸਟਮ ਨੂੰ ਕ੍ਰਿਆਨਵਿਤ ਕੀਤਾ ਜਾਵੇ ਤਾਂ ਕਿ ਥੋੜ੍ਹਾ ਜਿਹਾ ਕੋਰਟਾਂ 'ਤੇ ਔਰ ਲੋਕਾਂ ਦੇ ਉੱਤੇ ਵੀ ਲੋਡ ਜਿਹੜਾ ਹੈ ਘਟੇ। ਪਟਿਆਲਾ ਤੋਂ ਬਿਊਰੋ ਰਿਪੋਰਟ, NC7 ਨਿਊਜ਼।